ਉਹ ਦੇਖ ਸਕਦੇ ਹੋ ਕਿ ਆਹ ਤੋੜਿਆ ਜਾ ਰਿਹਾ, ਜੇਸੀਬੀ ਮਸ਼ੀਨਾਂ ਵੀ ਚੈੱਕ ਕਰ ਸਕਦੇ ਹੋ, ਆ ਚੁੱਕੀਆਂ ਜੇਸੀਬੀ ਮਸ਼ੀਨਾਂ ਨੇ, ਉਹ ਇੱਥੇ ਪਹੁੰਚ ਚੁੱਕੀਆਂ ਨੇ। ਤਾਂ ਦੇਖੋ ਜੇਕਰ ਇਸ ਤਰ੍ਹਾਂ ਟੁੱਟੇਗੀ, ਜਿਹੜੇ ਮੁਲਾਜ਼ਮ ਨੇ ਉਹਨਾਂ ਕੋਲੋਂ ਜੇ ਦੁਬਾਰਾ ਤੋੜੀਆਂ ਜਾਣਗੀਆਂ, ਠੀਕ ਹੈ, ਨਹੀਂ ਤਾਂ ਜੇਸੀਬੀ ਦਾ ਕੰਮ ਲਿੱਤਾ ਜਾਏਗਾ। ਤਾਂ ਇਹ ਦੇਖੋ ਜੇਸੀਬੀ ਦਾ ਕੰਮ ਜਿਹੜਾ ਵਾ ਖਾਸ ਤੌਰ ਦੇ ਉੱਤੇ। ਤਾਂ ਬਾਹਰ ਵੀ ਤੁਹਾਨੂੰ ਜਿਹੜੀ ਮੈਂ ਤਿਆਰੀ ਦਿਖਾਈ ਉਹ ਵੀ ਤੁਸੀਂ ਦੇਖੀ ਹੈ ਕਿ ਕਿਸ ਤਰੀਕੇ ਨਾਲ ਤਿਆਰੀ ਇੱਥੇ ਰੱਖੀ ਹੋਈ ਹੈ। ਤਾਂ ਇਹਦੇ ਨਾਲ ਨਾਲ ਇੱਧਰ ਦੇਖੋ ਜਿਹੜੇ ਮੁਲਾਜ਼ਮ ਨੇ ਉਹ ਵੀ ਕੰਮ ਕਰਦੇ ਪਏ ਨੇ, ਆਹ ਗਮਲੇ ਨੇ ਇਹ ਚੱਕੇ ਜਾ ਰਹੇ ਨੇ, ਯਾਨੀ ਕਿ ਕੋਈ ਵੀ ਨਜਾਇਜ਼ ਕਬਜ਼ਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਜਿਹੜੀ ਗੱਲ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ, ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਇਹ ਗੱਲਬਾਤ ਜ਼ਰੂਰ ਕੀਤੀ ਜਾ ਰਹੀ ਹੈ, ਪਰ ਜਿਹੜੇ ਇੱਥੇ ਕੋਠੀਆਂ ਵਾਲੇ ਨੇ ਉਹਨਾਂ ਨੂੰ ਕਹਿਣਾ ਹੈ ਕਿ ਨਜਾਇਜ਼ ਕਬਜ਼ੇ ਜਿਹੜੇ ਹਟਾਉਣੇ ਹੀ ਸੀ ਤਾਂ ਪਹਿਲਾਂ ਬਣਾਉਣ ਕਿਉਂ ਦਿੱਤੇ ਸਾਨੂੰ। ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ, ਵੱਡੀ ਗੱਲ ਹੈ ਸਰ, ਕਬਜ਼ੇ ਹਟਾਉਣ ਦੇ ਵਿੱਚ ਲੋਕ ਸਹਿਯੋਗ ਦਿੰਦੇ ਪਏ ਨੇ ਜਾਂ ਫਿਰ ਅੜਦੇ ਪਏ? ਅੜਨਾ ਹੁਣ ਜਿਹਨੇ ਅੜਨਾ ਮਾਇਨ ਨਹੀਂ ਫੋੜ ਸਕੇ, ਕਿੰਨੇ ਅੜਨਾ, ਅੜਨਾ ਕਿੰਨੇ ਆ, ਕਿਸੇ ਨੇ ਅੜਨਾ ਹੋਣਾ? ਜਦੋਂ ਪਹਿਲਾਂ ਜੋ ਬੰਦ ਆ, ਜਦੋਂ ਕਾਰਵਾਈ ਸ਼ੁਰੂ ਹੁੰਦੀ ਆ, ਇੱਕ ਦੋ ਕਰਾਈ ਉਦੋਂ ਸੁੱਤੇ ਹੁੰਦੇ। ਲੱਗਦਾ ਪਿਆ ਕਿ ਨਜਾਇਜ਼ ਕਿ ਜਾਇਜ਼ ਆ, ਤੁਸੀਂ ਇੱਕ ਗੱਲ ਦਾ ਜਵਾਬ? ਮੇਰਾ ਕਹਿਣ ਦਾ ਜਵਾਬ ਹੈਗਾ ਕਿ ਪਹਿਲਾਂ ਸੁੱਤੇ ਸੀ, ਹੁਣ ਇਹ 10 ਸਾਲਾਂ ਬਦਲੋ 15 ਸਾਲਾਂ ਬਦਲੋ, ਮੈਂ ਮੰਨ ਗਿਆ, ਜਾਇਜ਼ ਕਿ ਨਜਾਇਜ਼ ਇਹ ਦੱਸ ਦਿਓ ਇੱਕ ਗੱਲ। ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਪਹਿਲਾਂ ਸੁੱਤੇ ਸੀ ਸਾਰੇ? ਹਾਂ ਅਸੀਂ ਜੋ ਕਾਰਵਾਈ ਕਰਨੀ ਅਸੀਂ ਕਰਾਂਗੇ, ਅਸੀਂ ਇਹਨਾਂ ਨਾਲ ਵਰਬਲੀ ਜਾਂ ਅਧਿਕਾਰੀ ਨੇ ਆ ਦੇਖੋ ਲੋਕ ਵੀ ਕਿਸ ਤਰੀਕੇ ਦੇ ਨਾਲ ਅੜਦੇ ਨਜ਼ਰ ਆ ਰਹੇ ਨੇ। ਆ ਦੇਖੋ ਕੀ ਸੁਣਵਾਈ ਕਰ ਰਹੇ ਹੋ, ਕਲੋਨੀ ਦੀ ਇਹ ਸਾਰਾ ਕੰਮ ਨਜਾਇਜ਼ ਹੋਣ ਡਿਆ ਵਾ। ਕਹਿੰਦੇ ਕਿ ਤੁਸੀਂ ਨਜਾਇਜ਼ ਕੀਤਾ ਪਹਿਲਾਂ, ਨਹੀਂ ਨਜਾਇਜ਼ ਕਿਉਂ, 5 ਵਾਰ ਪੁੱਟੀ ਦਿੱਤੀ ਹੋਈ ਹੈ। ਵੱਡੀ ਕਾਰਵਾਈ ਜਿਹੜੀ ਉਹ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਪ੍ਰਸ਼ਾਸਨ ਦੀ ਇੰਪਰੂਵਮੈਂਟ ਟਰੱਸਟ ਦੀ ਇਹ ਕਾਰਵਾਈ ਹੈ। ਤਾਂ ਦੇਖਣਾ ਹੋਏਗਾ ਕਿ ਹੁਣ ਜਿਹੜੇ ਗਮਲੇ ਰੱਖੇ ਨੇ, ਦੇਖੋ ਕਿਸ ਤਰੀਕੇ ਨਾਲ ਸਜਾ ਕੇ ਗਮਲੇ ਇੱਥੇ ਰੱਖੇ ਹੋਏ ਨੇ। ਤਾਂ
ਸਰ ਅਸੀਂ ਤੇ ਇਹੋ ਹੀ ਕਹਿੰਦੇ ਪਏ ਵੀ ਗ੍ਰੀਨ ਏਰੀਆ ਵਾ, ਅਸੀਂ ਕਿਹੜੇ ਅੰਦਰ ਲੈ ਗਏ ਆ, ਬਾਹਰੇ ਹੀ ਆ ਗ੍ਰੀਨ ਏਰੀਆ 'ਚ ਹੀ ਆ। ਇਹਨਾਂ ਨੂੰ ਤੇ ਹੈਗਾ ਵਾ ਕਿ ਥੜੇ ਕਿਉਂ ਬਣਾਏ ਐਡੇ ਐਡੇ ਉੱਚੇ ਹੈਗੇ ਦੇ। ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ? ਅਤੇ ਕਾਰਵਾਈ ਕੀਤੀ ਜਾ ਰਹੀ ਹੈ, ਪੀਲਾ ਪੰਜਾ ਚੱਲਦਾ ਪਿਆ। ਇੰਪਰੂਵਮੈਂਟ ਟਰੱਸਟ ਦਾ ਦੱਸਿਆ ਜਾ ਰਿਹਾ ਕਿ ਘਰਾਂ ਦੇ ਬਾਹਰ ਜਿਹੜੇ ਥੜੀਆਂ ਬਣਾਈਆਂ ਨੇ, ਸੜਕਾਂ ਅੱਧੀਆਂ ਅੱਧੀਆਂ ਮਲੀਆਂ ਨੇ, ਉਹਨਾਂ ਨੂੰ ਹਟਾਉਣ ਦੀ ਤਿਆਰੀ ਜਿਹੜੀ ਆ ਅੱਜ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ 2500 ਦੇ ਕਰੀਬ ਇਸ ਇਲਾਕੇ ਦੇ ਵਿੱਚ ਘਰ ਹੈ, ਕੋਠੀਆਂ ਨੇ, ਜਿਨ੍ਹਾਂ ਦੇ ਸਾਰਿਆਂ ਦੇ ਬਾਹਰ ਇਸੇ ਤਰੀਕੇ ਦੇ ਨਾਲ ਹੀ ਬਣਿਆ ਹੋਇਆ। ਤਾਂ ਇਹ ਹਟਾਉਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ। ਇਹਨਾਂ ਇਲਾਕਿਆਂ ਦੇ ਵਿੱਚ ਤਾਂ ਇਹਨਾਂ ਇਲਾਕਿਆਂ ਦੇ ਬਾਹਰ ਦੇਖੋ ਕਿਸ ਤਰੀਕੇ ਨਾਲ ਸਜਾਵਟ ਕੀਤੀ ਹੋਈ ਆ। ਤਾਂ ਇਹਨਾਂ ਨੂੰ ਹੁਣ ਹਟਾਉਣ ਦੀ ਤਿਆਰੀ ਜਿਹੜੀ ਇੰਪਰੂਵਮੈਂਟ ਟਰੱਸਟ ਵੱਲੋਂ ਕੀਤੀ ਜਾ ਰਹੀ, ਯਾਨੀ ਕਿ ਲੱਖਾਂ ਰੁਪਏ ਖਰਚਾ ਜਿਹੜਾ ਉਹ ਪਹਿਲਾਂ ਹੀ ਲੋਕਾਂ ਦਾ ਹੋਇਆ ਪਿਆ। ਤਾਂ ਪਹਿਲਾਂ ਅਸੀਂ ਕਿਉਂ ਨਹੀਂ ਸਮਝੇ, ਜੇ ਸਾਨੂੰ ਲੱਗਦਾ ਕਿ ਅਸੀਂ ਨਜਾਇਜ਼ ਕਰਦੇ ਪਏ, ਅਸੀਂ ਨਜਾਇਜ਼ ਕਿਉਂ ਕਬਜ਼ੇ ਕੀਤੇ? ਇਸ ਇਨਕਰੋਚਮੈਂਟ ਇਜ਼ ਔਨ ਰੋਡ, ਇਹ ਰੋਡ ਹੈ, ਪਲਾਟ ਕਿਸ ਕਾਰਨਰ ਤੱਕ ਹੈ? ਇਸ ਕਾਰਨਰ ਤੱਕ। ਸਾਰਾ ਮੀਡੀਆ ਖੜਾ, ਤੁਸੀਂ ਵੀ ਖੜੇ ਹੋ, ਯੂ ਟੈਲ ਮੀ, ਇੱਥੋਂ ਤੱਕ ਪਲਾਟ ਹੈ ਜਿਹੜਾ ਸੇਲ ਕੀਤਾ। ਅਤੇ ਇਹ ਦੇਖੋ ਤੁਸੀਂ, ਇਹ ਫਰੰਟ ਹਾਊਸ ਲਾਈਨ ਹੈ ਜਿਹੜੀ ਇਹਨਾਂ ਨੇ ਕਵਰ ਕੀਤੀ ਹੋਈ ਹੈ। ਫਰੰਟ ਹਾਊਸ ਲਾਈਨ ਇਜ਼ ਨੋਨ ਕੰਪਾਊਂਡੇਬਲ, ਫਰੰਟ ਹਾਊਸ ਲਾਈਨ ਪੂਰੀ ਦੀ ਪੂਰੀ ਕਵਰ ਕੀਤੀ ਹੋਈ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤੁਹਾਨੂੰ 14 ਤਰੀਕ ਤੋਂ ਮੁਨਾਦੀ ਕਰਾ ਰਹੇ ਹਾਂ। ਆਰਡਰ ਇਕੱਲਾ ਇਕੱਲਾ ਇਹਨਾਂ ਨੂੰ ਕਨਵੇ ਕੀਤਾ, ਆਫਿਸ ਦੇ ਵਿੱਚ ਬੈਠ ਕੇ ਜਿੰਨੇ ਪ੍ਰੈਜੀਡੈਂਟਸ ਨੇ ਐਸੋਸੀਏਸ਼ਨ ਦੇ, ਉਹਨਾਂ ਨੂੰ ਮੀਟਿੰਗਾਂ ਕਰਕੇ ਟਾਈਮ ਮੰਗ ਰਹੇ ਨੇ, ਅੱਜ ਵੀ ਟਾਈਮ ਮੰਗ ਰਹੇ ਨੇ। ਕੋਈ ਵੀ ਰਿਟਨ ਨੋਟਿਸ ਨਹੀਂ ਆਇਆ ਹੈਗਾ ਸਰ ਸਾਹਿਬ, ਤੁਸੀਂ ਮੈਨੂੰ ਦੱਸੋ, ਜੇ ਕਿਤੇ ਆਇਆ ਹੈਗਾ ਤੇ ਸਾਨੂੰ ਸਾਈਨ ਦਿਖਾ ਦਿਓ। ਸੀ ਦਾ ਅਟੋਰਸਿਟੀ
ਕਿ ਤੁਸੀਂ ਸਾਨੂੰ ਜਦੋਂ ਐਂਕਰੋਚਮੈਂਟ ਕੀਤੀ ਸੀ ਸਾਨੂੰ ਨੋਟਿਸ ਦੇ ਕੇ ਕੀਤੀ ਸੀ? ਦਿਸ ਇਜ਼ ਨੋਟ ਦਿਸ ਇਜ਼ ਗ੍ਰੀਨ ਬੈਲਟ ਸਰ ਬੜੇ ਜਿਹੜੇ ਇਲਜ਼ਾਮ ਹੈ ਲੰਦੇ ਨੇ ਕਿ ਨੋਟਿਸ ਜਾ ਮੈਂ ਲੰਦੇ ਨੇ ਕਿ ਪੈਸੇ ਖਾ ਕੇ ਫੇਰ ਬਣਵਾ ਦਿੱਤੇ ਰਾਜਾ ਮੰਦਿਰ ਨਾਲ ਉਹ ਕਹਿੰਦੇ ਸਭ ਕੁਝ ਹੋ। ਇੱਕ ਮਿੰਟ ਸੁਣੋ, ਹੀ ਸੇ ਗ੍ਰੀਨ ਬੈਲਟ ਦਿਸ ਇਜ਼ ਗ੍ਰੀਨ ਨੋਟ ਐਂਕਰੋਚਮੈਂਟ। ਇੱਕ ਮਿੰਟ ਹੁਣ ਜਸਟ ਹੋਲਡ ਆਨ, ਇਹ ਕਹਿੰਦੇ ਗ੍ਰੀਨ ਬੈਲਟ ਹੈ, ਯੂ ਸੀ ਇਹਦੇ ਵੀਡੀਓਗ੍ਰਾਫੀ ਕਰੋ ਨਾ, ਕੋਈ ਨਹੀਂ ਇੱਥੇ ਘਾਲ ਦਿਸ ਇਜ਼ ਗ੍ਰੀਨ ਬੈਲਟ, ਯੂ ਸੀ ਇਹਦੇ ਲਾਓਗੇ, ਯੂ ਸੀ ਦਿਸ ਇਜ਼ ਦਾ ਗ੍ਰੀਨ ਬੈਲਟ, ਦਿਸ ਇਜ਼ ਦਾ ਗ੍ਰੀਨ ਬੈਲਟ ਕੈਮਰਾ ਮਾਰੋ ਦੇਖੋ ਕੈਮਰਾ ਪਰ ਗ੍ਰੀਨ ਬੈਲਟ ਤੇ ਇਹਨਾਂ ਨੇ ਦੱਸਿਆ ਗ੍ਰੀਨ ਬੈਲਟ ਕਿਹਦੇ ਦੇ ਰਹੇ ਪਰ ਇਹ ਦੀਵਾਰਾਂ ਬਣਾਣੀਆਂ ਤੁਹਾਨੂੰ ਲੱਗਦਾ ਕਿ ਜੈਸ ਦੀਵਾਰ ਕੋਈ ਨਹੀਂ ਬਣਾਈ ਹੈਗੀ? ਆ ਦੀਵਾਰ ਕਹਿੰਦੇ ਗ੍ਰੀਨ ਲਾਈਨ, ਨਾ ਨਾ ਦਿਸ ਇਜ਼ ਨੋਟ ਅ ਦੀਵਾਰ, ਦੇਖੋ ਦੀਵਾਰ ਕਿੰਨੀ ਉੱਪਰ ਹੈ, ਇੱਥੇ ਥੱਲੇ ਪਾਣੀ ਰੋਕਣ ਵਾਸਤੇ ਬਣਾਇਆ ਹੋਇਆ। ਕੁੱਤੇ ਅੰਦਰ ਆਂਦੇ ਜੀ, ਗਾਵਾਂ ਅੰਦਰ ਆਂਦੀਆਂ ਜੀ, ਆ ਦੀਵਾਰ ਤੋਂ ਲੋਹੇ ਦੀ ਇਹ ਦੀਵਾਰ ਹੈ ਕੋਈ? ਉਹ ਵੀ ਕੋਰਟ ਚ ਕੋਈ ਦੀਵਾਰ ਬਣਾਇਆ ਉਦੋਂ ਕੀ ਸੀ ਮਾਹੌਲ ਕਿਤੇ ਵੀ ਆਏ ਪੈਸੇ ਲੈ ਕੇ ਗਾਂ ਗਏ? ਦੋ ਗੱਲਾਂ ਮੈਂ ਸਾਰੇ ਸਸਪੈਂਡ ਹੋਣੇ। ਹਾਂਜੀ ਹਾਂਜੀ, ਤੁਹਾਨੂੰ ਕੀ ਲੱਗਦਾ ਹੈ ਜਾਇਜ਼ ਹੈ ਕਿ ਨਜਾਇਜ਼? ਨਜਾਇਜ਼ ਹੈ, ਲੋਕਾਂ ਦੇ ਅਤਿਆਚਾਰ ਜੀ, ਤਾਂ ਹੀ ਇਹਨਾਂ ਦੇ ਰੋਜ਼ ਹੀ ਬੰਦੇ ਫੜੇ ਜਾਂਦੇ ਟਰੱਸਟ ਵਿੱਚ, ਇਹਨਾਂ ਜੋ ਵੀ ਸਾਰਿਆਂ ਨੇ ਫੜੇ ਜਾਣਾ, ਇਹਨਾਂ ਨੇ ਤਾਂ ਹੀ ਫੜੀ ਜਾਣਾ। ਤੁਸੀਂ ਕਹਿ ਰਹੇ ਪੈਸੇ ਦਿੱਤੇ, ਨਾ ਨਾ ਗਲਤ ਕੰਮ ਠੀਕ ਕਰਵਾਉਣ ਲਈ ਪੈਸੇ ਦਿੱਤੇ? ਨਾ ਨਾ ਗਲਤ ਕੰਮ ਠੀਕ ਕਰਾਉਣ ਲਈ ਨਹੀਂ, ਪੈਸੇ ਆ ਸਹੀ ਨਕਸ਼ ਰਜਿਸਟਰੀ ਕਰਾਉਣ ਦੇ ਪੈਸੇ ਲੈਂਦੇ ਜੇ, ਰਜਿਸਟਰੀ ਨਹੀਂ ਇਹਦੀ ਗੱਲ ਕਰੇ ਸਰ, ਇਹਦੇ ਲਈ ਪੈਸੇ ਨਹੀਂ ਦਿੱਤੇ, ਰਜਿਸਟਰੀ ਕਰਾਉਣ ਦੇ ਪੈਸੇ ਲੈ, ਕੁਐਸਚਨ ਦਾ ਜਵਾਬ ਦਿਓ ਨਾ ਵੀ ਇਹੋ ਲਈ ਪੈਸੇ ਰਜਿਸਟਰੀ ਕਰਾਉਣ ਲਈ ਨਕਸ਼ਾ ਪਾਸ ਕਰਾਉਣ ਲਈ ਪੈਸੇ ਲੈਂਦੇ ਜੇ, ਜੇ ਗਲਤ ਹੀ ਆ ਉਹ ਹੈਗੇ ਟ੍ਰਾਂਜੈਕਸ਼ਨ ਹੈਗੀ, ਕੋਰਟ 'ਚ ਸਬੂਤ ਦੇਵਾਂਗੇ। ਬਿਲਕੁਲ ਇਹ ਕਹਿ ਰਹੇ ਕਿ ਬਿਲਕੁਲ ਨਜਾਇਜ਼ ਕੀਤਾ ਜਾ ਰਿਹਾ, ਕੋਰਟ ਵੱਲੋਂ ਆਰਡਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ, ਪਰ ਦੇਖਣਾ ਹੋਏਗਾ ਕਿ ਹੁਣ ਅਗਲਾ। ਉਹ ਦੇਖੋ ਸਾਹਮਣੇ ਇੱਕ ਵਾਰੀ ਉਹ ਤਸਵੀਰ ਸਾਂਝੀ ਕਰੋ, ਦੇਖੋ ਜੰਗਲੇ ਲੱਗੇ ਨੇ, ਬੜਾ ਬੜਾ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਜਿਹੜਾ ਆਪਣਾ ਘਰ ਦੇ ਅੱਗੇ, ਉਹ ਸਾਰਾ ਸਾਰਾ ਹਟਾਇਆ ਜਾ ਰਿਹਾ ਨੇ, ਇਹਨਾਂ ਵੱਲੋਂ ਹਟਾਈ ਜਾ ਰਹੀ ਹੈ। ਅਤੇ ਅੱਜ ਪੁਖਤਾ ਕਾਰਵਾਈ ਕਰਨ ਵਾਸਤੇ ਇੱਥੇ ਅਧਿਕਾਰੀ ਪਹੁੰਚੇ ਨੇ, ਦੱਸਿਆ ਜਾ ਰਿਹਾ ਕਿ ਕੋਰਟ ਦੇ ਆਰਡਰ ਨੇ, ਤਾਂ ਅਸੀਂ ਇੱਥੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਜ਼ਰੂਰ ਹਟਾਵਾਂਗੇ, ਚਾਹੇ ਕੁਝ ਵੀ ਕਰਨਾ ਪਵੇ। ਤਾਂ ਇਹ ਦੇਖੋ ਆ ਪੀਲਾ ਪੰਜਾ ਚੱਲਦਾ ਨਜ਼ਰ ਆ ਰਿਹਾ, ਬਹੁਤ ਸਾਰੇ ਲੋਕ ਬਹਿਸ ਦੇ ਵੀ ਨਜ਼ਰ ਆ ਰਹੇ ਨੇ। ਆਹ ਦੇਖੋ, ਆਹ ਇੱਕ ਵਾਰ ਝਾਕ ਮਾਰਿਓ ਜਿਹੜਾ, ਇੱਧਰੋਂ ਦੀ ਮਾਰਿਓ ਜਿਹੜਾ ਝਾਕ, ਇੱਧਰ ਆਓ, ਇੱਧਰੋਂ ਇਹ ਕਰ ਦਿੱਤਾ ਖਾਲੀ, ਤਾਂ ਇਹ ਵੀ ਆਹ ਦੇਖੋ ਇਹ ਲੰਬਾ ਤੋਂ ਲੰਬਾ ਇਲਾਕਾ। ਆਹ ਦੇਖੋ ਪੂਰੀ ਦੀ ਪੂਰੀ ਗਲੀ ਬਣਾਈ ਆ, ਯਾਨੀ ਕਿ ਇੱਧਰ ਦੇਖੋ 50 ਗਜ਼ ਜਗ੍ਹਾ ਹੋਣੀ ਹੈ, ਇਹ ਸਾਰੀ ਸਾਰੀ ਮਲੀ ਪਈ ਆ 50 ਗਜ਼ ਜਗ੍ਹਾ, ਤਾਂ ਇਹ ਦੇਖੋ ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਲੋਕਾਂ ਵੱਲੋਂ ਵੀ ਕਾਫੀ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਨੇ, ਅਸੀਂ ਥੋੜ੍ਹਾ ਜਿਹਾ ਹੋਵੇ ਕਬਜ਼ਾ ਤਾਂ ਕਹਿ ਸਕਦੇ ਹਾਂ ਕਿ ਛੋਟੀ ਜਿਹੀ ਜਗ੍ਹਾ 'ਤੇ ਨਾਲ ਗਮਲੇ ਲਾਏ ਆ, 50 ਗਜ਼ ਜਗ੍ਹਾ ਆਲੇ ਦੁਆਲੇ ਢਾਈ ਹੋਈ ਆ। ਆ ਲਓ
ਤਾਂ ਕੁਝ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਦਾ ਵੱਡੀ ਗਿਣਤੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਇੱਥੇ ਪਹੁੰਚੀ, ਉਹਨਾਂ ਦਾ ਸਹਿਯੋਗ ਵੀ ਲਿੱਤਾ ਜਾ ਰਿਹਾ ਤਾਂ ਜੋ ਜਦੋਂ ਰਸ਼ ਹੁੰਦਾ, ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਕੋਈ ਨਾ ਕੋਈ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਜਿਹੜੇ ਕਿ ਸ਼ੈਤਾਨੀ ਕਰਦੇ ਨੇ। ਕਿਸ ਤਰੀਕੇ ਨਾਲ ਸਾਰੇ ਹੈਂਡਲ ਕੀਤਾ ਜਾ ਰਿਹਾ ਤਾਂ ਕਿਹੜੀ ਜਗ੍ਹਾ 'ਤੇ ਪਹੁੰਚੇ? ਕਿਵੇਂ ਕਿੱਥੇ ਪਹੁੰਚੇ ਅਸੀਂ? ਨਿਊ ਅੰਮ੍ਰਿਤਸਰ ਹਾਂ, ਆਪਣਾ ਇਨਕਰੋਚਮੈਂਟ ਜਿਹੜੀ ਹਾਈ ਕੋਰਟ ਦੇ ਹੁਕਮ ਕਰਵਾ ਰਹੇ ਹਾਂ ਜੀ। ਅੱਛਾ ਸਰ, ਜ਼ਿਆਦਾਤਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਲੋਕ ਵੀ ਅੜਦੇ ਨੇ, ਉਹਨਾਂ ਨੂੰ ਹੈਂਡਲ ਸਾਰਿਆਂ ਨੂੰ ਕਰਨ ਵਾਸਤੇ ਕਿਹੜੀ ਕਿਹੜੀ ਤਿਆਰੀਆਂ ਨੇ, ਕਿੰਨੇ ਮੁਲਾਜ਼ਮ ਤੁਸੀਂ ਨਾਲ ਲਿਆਉਂਦੇ ਨੇ? ਨਹੀਂ, ਸਾਡੇ ਕੋਲੋਂ ਪ੍ਰੋਪਰ ਫੋਰਸ ਆ, ਡਿਊਟੀ ਮੈਜਿਸਟਰੇਟ ਆ ਜਿਹੜੇ ਤੈਨਾਤ ਨੇ ਇੱਥੇ, ਅਤੇ ਬੜਾ ਪੀਸਫੁਲੀ ਕੰਮ ਚੱਲ ਰਿਹਾ। ਕੋਈ ਗੱਲ ਨਹੀਂ, ਕਿਸੇ ਨਾਲ ਕੋਈ ਮਿਸਬਿਹੇਵ ਜਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋ ਰਹੀ। ਹਾਂ ਬਿਲਕੁਲ, ਕਿਸੇ ਨਾਲ ਮਿਸਬਿਹੇਵ ਨਹੀਂ, ਕਿਸੇ ਨਾਲ ਕੋਈ ਗੱਲਬਾਤ ਨਹੀਂ। ਹਾਲਾਂਕਿ ਜੇਕਰ ਕਿਸੇ ਦਾ ਕਬਜ਼ਾ ਕੋਈ ਹਟਾਇਆ ਜਾਂਦਾ ਤਾਂ ਉਹਦੇ ਵਿੱਚ ਥੋੜ੍ਹੀ ਬਹੁਤੀ ਦਿੱਕਤ ਦਾ ਸਾਹਮਣਾ ਜ਼ਰੂਰ ਚੁੱਕਣਾ ਪੈਂਦਾ, ਪ੍ਰਸ਼ਾਸਨ ਨੂੰ ਵੀ ਅਤੇ ਨਾਲ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ। ਅਤੇ ਆਓ ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਕੁਛ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਤਿਆਰੀਆਂ ਕੀ ਨੇ ਪ੍ਰਸ਼ਾਸਨ ਦੀਆਂ, ਕਿਸ ਤਰੀਕੇ ਦੇ ਨਾਲ ਇਹ ਜਿਹੜੇ ਕੀਤੇ ਹੋਏ ਨਜਾਇਜ਼ ਕਬਜ਼ੇ ਨੇ ਉਹ ਹਟਾਏ ਜਾ ਰਹੇ ਨੇ। ਕੁਝ ਅਧਿਕਾਰੀਆਂ ਦੇ ਨਾਲ ਅਸੀਂ ਹੋਰ ਵੀ ਚਰਚਾ ਕਰਦੇ ਹਾਂ। ਤਾਂ ਦੇਖੋ, ਇਹ ਤਹਿਸੀਲਦਾਰ ਸਾਹਿਬ ਵੀ ਇੱਥੇ ਮੌਜੂਦ ਨੇ, ਗੱਲਬਾਤ ਸਾਂਝੀ ਕਰਦੇ ਹਾਂ। ਵੀਰ ਜੀ, ਕਿਹੜੀ ਜਗ੍ਹਾ 'ਤੇ ਪਹੁੰਚੇ ਅਤੇ ਕੀ ਕਾਰਵਾਈ ਕਰ? ਇਹ ਟਰੱਸਟ ਵਾਲਿਆਂ ਨੂੰ ਕੋਈ ਹੁਕਮ ਹੈ ਜੀ? ਉਹਨਾਂ ਦੀ ਕਲੋਨੀ ਹੈ ਜੀ, ਅਸੀਂ ਤਾਂ ਲਾ ਐਂਡ ਆਊਟ 'ਚ ਆਏ, ਉਹ ਆਪਣੀ ਕਾਗਜ਼ ਐਸੀ ਸਾਹਿਬ ਕਰਾ ਰਹੇ ਨੇ। ਤਾਂ ਸਰ, ਜਿਹੜੇ ਆਪਣੇ ਆਪ ਸੰਯੋਗ ਦੇ ਵਾਸਤੇ ਇੱਥੇ ਪਹੁੰਚੇ, ਉਹਨਾਂ ਦਾ ਕਿੰਨਾ ਕੁ ਲੋਕਾਂ ਦਾ ਕੋਈ ਮਿਸਬਿਹੇਵ ਜਾਂ ਫਿਰ ਉਸ ਤਰ੍ਹਾਂ, ਉਹਨੂੰ ਕਿਸ ਤਰੀਕੇ ਨਾਲ? ਉਹ ਪੁਲਿਸ ਹੈਗੀ ਲਾ ਐਂਡ ਆਊਟ ਨੂੰ, ਦੇਖੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਤਾਂ ਕਰਨੀ ਹੈ ਜੀ, ਉਸ ਪਾਲਣਾ 'ਚ ਜੇ ਕੋਈ ਲਾ ਐਂਡ ਆਊਟ ਦੀ ਸਥਿਤੀ ਹੋਊ ਤਾਂ ਪੁਲਿਸ ਦੇਖੂਗੀ। ਤਾਂ ਬਿਲਕੁਲ, ਜੇ ਕੋਈ ਲਾ ਐਂਡ ਆਰਡਰ ਦੀ ਸਥਿਤੀ ਹੋਏਗੀ ਤਾਂ ਪੁਲਿਸ ਦੇ ਵੱਲੋਂ ਦੇਖਿਆ ਜਾਏਗਾ, ਪਰ ਫਿਲਹਾਲ ਜਿਹੜੇ ਅਧਿਕਾਰੀ ਨੇ ਉਹ ਇੱਥੇ ਜ਼ਰੂਰ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਜਿਹੜੀਆਂ ਖਾਸ ਤਿਆਰੀਆਂ ਨੇ, ਵਿਸਥਾਰ ਦੇ ਨਾਲ ਤੁਹਾਨੂੰ ਜਾਣ ਕੇ ਅਸੀਂ ਦੱਸ ਦਿੰਦੇ ਕਿ ਵਿਸਥਾਰ ਦੇ ਨਾਲ ਕੀ ਜਾਣਕਾਰੀ ਹੈ, ਕਿਸ ਤਰੀਕੇ ਦੇ ਨਾਲ ਜਿਹੜੀ ਇਹ ਤਿਆਰੀ ਕੀਤੀ ਗਈ ਹੈ। ਅਧਿਕਾਰੀ ਸਾਡੇ ਨਾਲ ਮੌਜੂਦ ਨੇ। ਸਰ, ਮੈਂ ਚਾਹੁੰਦਾ ਕਿ ਜਾਣਕਾਰੀ ਕਲੀਅਰ ਦੱਸ ਦਿੱਤੀ ਜਾਵੇ, ਕੀ ਤਿਆਰੀ ਹੈ, ਕੀ ਕਰਨ ਜਾ ਰਹੇ ਹਾਂ, ਕਿੰਨੀ ਆਟੋ ਹਟਾਉਣ ਦਾ ਜਿਹੜਾ ਵਾ ਕੋਰਟ ਵੱਲੋਂ ਆਰਡਰ ਹੈਗਾ ਅਤੇ ਕਿੰਨੇ ਨੋਟਿਸ ਭੇਜੇ?
ਬ੍ਰਦਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਅਸੀਂ 14 ਤਰੀਕ ਦੇ ਲਗਾਤਾਰ ਮੁਨਾਦੀ ਕਰਦੇ ਆ ਰਹੇ ਹਾਂ, ਦੇ ਆਰ ਵੈਲ ਅਵੇਅਰ। ਅਸੀਂ ਫਲੈਕਸਾਂ ਲਗਾ ਕੇ ਵੀ ਇਹਨਾਂ ਨੂੰ ਦੱਸ ਦਿੱਤਾ 14 ਤਰੀਕ ਆਉਣ ਵਾਲੇ ਇਹਨਾਂ ਨੂੰ, ਦੇ ਆਰ ਫੁੱਲੀ ਅਵੇਅਰ। ਕਿੰਨਾ ਏਰੀਆ ਹਟਾਉਣ ਦਾ ਰੋਡ ਬਰਮ, ਇਹ ਵੀ ਮੈਂ ਤੁਹਾਨੂੰ ਬੇਨਤੀ ਕਰ ਚੁੱਕਿਆ ਪਹਿਲਾਂ ਕਿ ਰੋਡ ਬਰਮ ਤੋਂ ਹਟਾ ਰਹੇ ਹਾਂ ਜਿਹੜੀ ਇੰਕਰੋਚਮੈਂਟ। ਕਿਸ ਤਰ੍ਹਾਂ ਲੱਗਦਾ ਸਰ, ਹਰ ਕੋਈ ਲੜਨ ਨੂੰ ਪੈ ਰਿਹਾ? ਰਜਿਸਟਰ ਕਰ ਰਹੇ ਨਹੀਂ, ਕੋਈ ਗੱਲ ਨਹੀਂ, ਅਸੀਂ ਆਰਡਰ ਦੀ ਕੰਪਲਾਈਂਸ ਕਰਨੀ ਹੈ। ਸਰ ਇਹ ਜਿਹੜਾ ਆਰਡਰ ਤੁਸੀਂ ਪਹਿਲੇ ਇੱਕ ਵਾਰੀ ਨੋਟਿਸ ਦਿੱਤਾ ਜਾਂ ਪਹਿਲਾਂ ਵੀ ਪੈਰ ਪੈਰ ਦੇ ਉੱਤੇ ਦੱਸਦੇ ਨੇ ਲਗਾਤਾਰ ਕਿ ਇਹ ਤੁਸੀਂ ਕਰ ਲਓ ਕਲੀਅਰ, ਫਿਰ ਵੀ ਰੋਕ? 5ਵੀਂ 6ਵੀਂ ਵਾਰ ਕਾਰਵਾਈ ਹੋ ਰਹੀ ਹੈ, ਦੇ ਆਲਵੇਜ਼ ਅਵੋਇਡਡ। ਅੱਜ ਪੂਰਾ ਕਲੀਅਰ ਕਰਕੇ ਜਾਇਆ ਜਾਏਗਾ? ਕੰਟੀਨਿਊ ਹੋ ਗਿਆ 140 ਏਕੜ ਦੇ ਵਿੱਚ, ਕੰਟੀਨਿਊ ਹੋ ਗਿਆ। ਇਹਨੂੰ ਜਿੰਨਾ ਵੀ ਟਾਈਮ ਲੱਗੂਗਾ ਅਸੀਂ ਕਰਾਂਗੇ, ਅਸੀਂ 29/7 ਨੂੰ ਸਟੇਟਸ ਰਿਪੋਰਟ ਫਾਈਲ ਕਰਨੀ ਹੈ। ਸੋ ਇਹ ਜਿਹੜੀਆਂ ਤਿਆਰੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ, ਹੁਣ ਦੇਖਣਾ ਹੋਏਗਾ ਕਿ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੰਦਾ, ਕਿਉਂਕਿ ਜਲਦ ਤੋਂ ਜਲਦ ਇਹ ਸਾਰਾ ਸਟੇਟਸ ਬਣਾ ਕੇ ਉੱਪਰ ਤੱਕ ਪਹੁੰਚਾਉਣਾ ਹੈ, ਕੋਰਟ ਦੇ ਵਿੱਚ ਪਹੁੰਚਾਉਣਾ ਹੈ ਕਿ ਜਿਹੜੇ ਆਰਡਰ ਹੋਏ ਨੇ ਕਿ ਉਹ ਕੰਪਲੀਟ ਕਰ ਦਿੱਤੇ ਗਏ ਨੇ ਜਾਂ ਨਹੀਂ ਕੀਤੇ ਗਏ। ਤਾਂ ਹੁਣ ਜਿਹੜੇ ਆਰਡਰ ਕੋਰਟ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਕੰਪਲੀਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।